ਪਾਰਲੀਮੈਂਟ ਹਲਕੇ ਦੇ ਸਾਡੇ ਜਿਹੜੇ ਉਮੀਦਵਾਰ ਸੀ ਝੁੰਦਾ ਸਾਹਿਬ ਦੇ ਘਰ ਆਏ ਅਤੇ ਸਾਰੇ ਵਰਕਰ ਹਲਕਾਂ 'ਚ ਆ ਜਾਏ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਕਿ ਬਹੁਤ ਮਿਹਨਤ ਕੀਤੀ ਸਾਡੇ ਵਰਕਰਾਂ ਨੇ। ਅਤੇ ਮੈਂ ਉਹਨਾਂ ਨੂੰ ਕਹਿਣ ਆਇਆ ਸੀ ਕਿ ਮਿਹਨਤ ਜਾਰੀ ਰੱਖੋ ਅਤੇ ਪਰਮਾਤਮਾ ਮੇਹਰ ਕਰੂਗਾ। ਜੇ ਥਾਰਾਂ ਤਾਂ ਰੱਬ ਦੇ ਹੱਥ ਨਹੀਂ ਹੈ, ਪਰ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਾਰਟੀ ਹੈ ਉਹ ਖੇਤਰੀ ਪਾਰਟੀ ਹੈ, ਕੌਮ ਪੰਜਾਬ ਦੀ ਪਾਰਟੀ ਹੈ। ਅਤੇ ਅਕਾਲੀ ਦਲ ਦੀ ਜੋ ਸੋਚ ਹੈ ਅਤੇ ਦੂਜੀਆਂ ਪਾਰਟੀਆਂ ਸੋਚ ਦਾ ਬਹੁਤ ਫਰਕ ਹੈ। ਇਸ ਕਰਕੇ ਮੈਂ ਸਾਰੇ ਵਰਕਰ ਮੈਂ ਉਹਨਾਂ ਦਾ ਧੰਨਵਾਦ ਬੇਸਿਕਲੀ ਅੱਜ ਦਾ ਪਰਪਸ ਹੀ ਧੰਨਵਾਦ ਕਰਾਂ। ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਨੁਮਾਇੰਦਾ ਆਗੂ ਔਰ ਵਰਕਰਾਂ ਨੂੰ ਪਾਰਲੀਮੈਂਟ ਹਲਕੇ ਦੇ ਹਲਕਾ ਇੰਚਾਰਜ ਸਾਹਿਬਾਨ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਪ੍ਰੋਮੀਨੈਂਟ ਆਗੂ ਵਰਕਰ ਉਹਨਾਂ ਨੂੰ ਮਿਲਣ ਆਏ ਸੀ ਸਾਡੇ ਗ੍ਰਹਿ ਵਿਖੇ। ਮੈਂ ਉਹਨਾਂ ਨੂੰ ਆਪਣੇ ਵੱਲੋਂ ਹਾਰਦਿਕ ਜੀ ਆਇਆਂ ਆਖਦਾ ਔਰ ਜੋ ਕਾਰਨ ਨੇ ਜਿਨ੍ਹਾਂ ਕਾਰਨਾਂ ਕਰਕੇ ਪਾਰਟੀ ਥੋੜ੍ਹਾ ਬਹੁਤ ਨੁਕਸਾਨ ਹੋਇਆ ਔਰ ਪਾਰਟੀ ਪਿੱਛੇ ਹਰੇ ਸੀਟਾਂ ਹਾਰੀਆਂ, ਉਹਨਾਂ ਚੀਜ਼ਾਂ ਦੇ ਬਾਰੇ ਵੀ ਜ਼ਿਕਰ ਹੋਏ, ਗੱਲਾਂ ਬਾਤਾਂ ਕੀਤੀਆਂ ਔਰ ਉਹਨਾਂ ਨੇ ਵਰਕਰਾਂ ਨੂੰ ਹੌਸਲਾ ਅਫਜ਼ਾਈ ਕੀਤੀ। ਸੋ ਜਿੱਥੇ ਪਾਰਟੀ ਪ੍ਰਧਾਨ ਸਾਹਿਬ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ, ਉੱਥੇ ਆਗੂ ਵਰਕਰਾਂ ਨੇ ਵੀ ਦਿਨ ਰਾਤ ਇੱਕ ਕਰਕੇ ਇਸ ਚੋਣ ਵਿੱਚ ਕੰਮ ਕੀਤਾ। ਔਰ ਠੀਕ ਆ, ਕਈ ਵਾਰੀ ਰਿਜ਼ਲਟ ਨੇ ਜਿਹੜੇ ਪੋਜ਼ਿਟਿਵ ਨਹੀਂ ਵੀ ਮਿਲਦੇ, ਪਰੰਤੂ ਵਰਕਰਾਂ ਦੀ ਮਿਹਨਤ ਔਰ ਉਹਨਾਂ ਦੀ ਦਿਆਨਤਦਾਰੀ, ਉਹਨਾਂ ਦੀ ਵਫਾਦਾਰੀ ਔਰ ਜੋ ਇਸ ਗਰਮੀ ਦੀ ਰੁੱਤ 'ਚ ਉਹਨਾਂ ਨੇ ਕੰਮ ਕੀਤਾ ਉਹਦੀ ਦਾਤ ਦੇਣੀ ਬਣਦੀ ਹੈ। ਸੋ ਪਾਰਟੀ ਵਰਕਰਾਂ ਨੂੰ ਹੌਸਲੇ 'ਚ ਰਹਿਣਾ ਚਾਹੀਦਾ, ਆਉਣ ਵਾਲਾ ਸਮੇਂ 'ਚ ਆਪਾਂ ਫਿਰ ਤਕੜੇ ਹੋ ਕੇ ਪਾਰਟੀ ਲਈ ਕੰਮ ਕਰੀਏ ਔਰ ਪਾਰਟੀ ਤੋਂ ਬਿਨਾਂ, ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਥ ਔਰ ਪੰਜਾਬ ਦਾ ਕੋਈ ਸਬਰ ਨਹੀਂ ਸਕਦਾ। ਇਸ ਗੱਲ ਤੋਂ ਪੰਜਾਬ ਨੂੰ ਜ਼ਰੂਰ ਸੁਚੇਤ ਰਹਿਣਾ ਚਾਹੀਦਾ ਔਰ ਕੋਈ ਵੀ ਪਾਰਟੀ ਹੋਰ ਜਿਹੜੀ ਹੈ ਪੰਜਾਬ 'ਚ ਉਹ ਪੰਥ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਨਹੀਂ ਕਰ ਸਕਦੀ। ਸੋ ਮੈਂ ਇੱਕ ਵਾਰ ਫਿਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਪਾਰਲੀਮੈਂਟ ਹਲਕੇ ਦੇ ਸਾਰੇ ਆਗੂ ਵਰਕਰਾਂ ਦਾ ਧੰਨਵਾਦ ਕਰਦਾ, ਲੀਡਰਸ਼ਿਪ ਦਾ ਧੰਨਵਾਦ ਕਰਦਾ, ਉੱਥੇ ਪਾਰਟੀ ਪ੍ਰਧਾਨ ਸਾਹਿਬ ਨੂੰ ਸਾਡੇ ਗ੍ਰਹਿ ਵਿਖੇ ਆਉਣ 'ਤੇ, ਵਰਕਰਾਂ ਦੀ ਹੌਸਲਾ ਅਫਜ਼ਾਈ ਕਰਨ 'ਤੇ। ਉਹਨਾਂ ਦਾ ਹਾਰਦਿਕ ਜੀ ਆਇਆਂ,